ਨਮਸਕਾਰ ਖਬਰਾਂ ਦੀਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾ ਪੇਜ ਨੇ ਚੋਣੀਆਂ ਖਬਰਾਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਮੁਖਰ ਜੀ ਦਾ ਦੇਹਾਂਤ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਹੋਰ ਸਿਆਸੀ ਆਗੂਆਂ ਵੱਲੋਂ ਪ੍ਰਣਮੁਖਰ ਜੀ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਸਾਬਕਾ ਰਾਸ਼ਟਰਪਤੀ ਪ੍ਰਣਾਮ ਮੁਖਰਜੀ ਦੇ ਸਨਮਾਨ ਵਿੱਚ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਉਹਨਾਂ ਦੇ पार्थिव ਸਰੀਰ ਨੂੰ ਲੋਕਾਂ ਦੇ ਦਰਸ਼ਨਾਂ ਲਈ ਉਹਨਾਂ ਦੀ ਰਿਹائش 10 ਰਾਜਾਜੀ ਮਾਰਗ ਤੇ ਰੱਖਿਆ ਜਾਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਪੰਜਾਬ ਦੇ ਪੋਸਟ میٹرਿਕ ਸਕਾਲਰਸ਼ਿਪ ਦੇ ਅਰਥਿਤ ਕੋਟਾਲੇ ਦੀ ਕੇਂਦਰ ਵੱਲੋਂ ਜਾਂਚ ਕਰਾਏ ਜਾਣ ਬਾਰੇ ਦਿੱਤੇ ਬਿਆਨ ਦੀ ਆਲੋਚਨਾ ਕੀਤੀ ਕਿ ਆ ਕੇਂਦਰ ਦੀ ਅਜਿਹੀ ਕੋਈ ਵੀ ਕਾਰਵਾਈ ਸੰਵਿਧਾਨ ਦੇ ਫੈਡਰਲ ਢਾਂਚੇ ਦੀ ਪਾਵਨਾ ਵਿਰੁੱਧ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਸਟ میٹرਿਕ ਸਕਾਲਰਸ਼ਿਪ ਦੇ ਕਥਿਤ ਕੋਟਾਲੇ ਦੇ ਮੁੱਦੇ ਤੇ ਕਿਹਾ ਕਿ ਭ੍ਰਿਸ਼ਟਾਚਾਰ ਭ੍ਰਿਸ਼ਟਾਚਾਰ ਇਹ ਭਾਵੇਂ ਕਿਸੇ ਵੀ ਰੂਪ ਚ ਕਿਉਂ ਨਾ ਕੀਤਾ ਹੋਵੇ ਪ੍ਰਤਾਪ ਸਿੰਘ ਬਾਜਬਾਬ ਵੱਲੋਂ ਲਗਾਈ ਗਈ ਸਕਾਲਰਸ਼ਿਪ ਕੋਟਾਲੇ ਦੇ ਇਲਜ਼ਾਮ ਹਤੇ ਕਿ ਕਿ ਮੁੱਖ ਸਰਦਰ ਦੀ ਜਾਂਚ ਦਾ ਇੰਤਜ਼ਾਰ ਕਰਨ ਫਤੇਗੜ ਸਾਹਿਬ ਜ਼ਿਲ੍ਹੇ ਚ ਜਨਤਨ ਖਾਤਿਆਂ ਚ 500 500 ਰੁਪਏ ਆਨਤਿਲਾ ਪਤਰੀਆਂ ਨੇ ਕਰੋਨਾ ਦੇ ਇਸ ਦੌਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਸਹਾਇਤਾ ਲਈ ਧੰਨਵਾਦ ਕੀਤਾ ਸ਼੍ਰੀ ਸਿੱਧ ਬੱਬਸ ਉਡਲਜੀ ਦੇ ਸਲਾਨਾ ਮੇਲੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਜ਼ਿਲ੍ਹੇ ਚ ਛੁੱਟੀ ਦਾ ਐਲਾਨ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਰੋਜੌਰੀ ਜ਼ਿਲ੍ਹੇ ਦੇ ਕਈ ਇਲਾਕਿਆਂ 'ਚ ਗੋਲੀਬਾਰੀ ਦੇਖੋ ਖਬਰਾਂ ਦਾ ਵਿਸਥਾਰ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਮੁਖਰ ਜੀ ਨਹੀਂ ਰਹੇ ਦਿੱਲੀ ਕੈਂਟ ਦੇ ਆਰਮੀ ਰਿਜ਼ਰਵੈਂਟ ਰੈਫਰਲ ਹਸਪਤਾਲ 'ਚ ਕਈ ਦਿਨ ਚੱਲੇ ਇਲਾਜ ਤੋਂ ਬਾਅਦ ਕੱਲ੍ਹ ਉਨ੍ਹਾਂ ਦਾ ਦੇਹਾਂਤ ਹੋ ਗਿਆ 84 ਵਰਿਆਂ ਦੇ ਪ੍ਰਣਾ ਮੁਖਰਜੀ ਨੂੰ ਦਿਮਾਗ 'ਚ ਕਲੌਟ ਦੇ ਆਪਰੇਸ਼ਨ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਦੌਰਾਨ ਉਨ੍ਹਾਂ ਦੇ ਕਰੋਨਾ ਪੋਜ਼ਿਟਿਵ ਹੋਣ ਦੀ ਵੀ ਪੁਸ਼ਟੀ ਹੋਈ ਸੀ ਪ੍ਰਣਾ ਮੁਖਰਜੀ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਆ ਰਹੀ ਸੀ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਹਸਪਤਾਲ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਸੀ ਕਿ ਪ੍ਰਣਾ ਮੁਖਰਜੀ ਅਜੇ ਗਹਿਰੇ ਕੋਮਾ ਦੀ ਸਥਿਤੀ ਵਿੱਚ ਵੈਂਟੀਲੇਟਰ ਨੇ ਤੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਪ੍ਰਣਾ ਮੁਖਰਜੀ ਨੂੰ ਦਿੱਲੀ ਕੈਂਟ ਦੇ ਆਰਮੀਜ਼ ਰਿਸਰਚ ਐਂਡ ਰੈਫਰਲ ਹਸਪਤਾਲ ਵਿੱਚ 10 ਅਗਸਤ ਨੂੰ ਦਾਖਲ ਕੀਤਾ ਗਿਆ ਸੀ ਤੇ ਉਸੇ ਦਿਨ ਹੀ ਉਹਨਾਂ ਦੇ ਦਿਮਾਗ 'ਤੇ ਆਪਰੇਸ਼ਨ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਫੇਫੜਿਆਂ ਦੀ ਇਨਫੈਕਸ਼ਨ ਵੀ ਹੋ ਗਈ ਪ੍ਰਣਾ ਮੁਖਰਜੀ 2012 ਤੋਂ 2017 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਤੇ ਉਹ ਭਾਰਤ ਦੇ 13ਵੇਂ ਰਾਸ਼ਟਰਪਤੀ ਸਨ ਸਾਬਕਾ ਰਾਸ਼ਟਰਪਤੀ ਪ੍ਰਣ ਮੋਖਰਜੀ ਦੇ ਸਨਮਾਨ ਵਿੱਚ ਦੇਸ਼ ਭਰ ਵਿੱਚ 7 ਦਿਨਾਂ ਦੇ ਰਾਸ਼ਟਰੀ ਸੋਗ ਰੱਖਿਆ ਜਾਪੇਗਾ ਇਹ 6 ਸਤੰਬਰ ਤੱਕ ਜਾਰੀ ਰਹੇਗਾ ਤੇ ਇਸ ਦੌਰਾਨ ਦੇਸ਼ ਭਰ ਦੀਆਂ ਇਮਾਰਤਾਂ ਜਿੱਥੇ ਨਿਯਮਿਤ ਤੌਰ ਤੇ ਰਾਸ਼ਟਰੀ ਝੰਡਾ ਲਹਿਰਾਉਂਦਾ ਹੈ ਅੱਧਾ ਝੁਕਿਆ ਰਹੇਗਾ ਇਸ ਦੌਰਾਨ ਕੋਈ ਵੀ ਸਰਕਾਰੀ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ ਉਨ੍ਹਾਂ ਦੇ ਪਾਰਥਵ ਸ੍ਰੀ ਨੂੰ ਅੱਜ ਉਨ੍ਹਾਂ ਦੀ ਰਿਹਾਈਸ਼ ਦਾਸ ਰਾਜਾਜੀ ਮਾਰਗ 'ਚ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਤਾਂ ਜੋ ਲੋਕ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਦੇ ਸਕਣ ਪਰ ਦੇ ਰਾਸ਼ਟਰਪਤੀ ਰਾਮਨ드 ਕੋਵਿੰਦ ਨੇ ਪ੍ਰਣਮ ਮੁਖਰਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤੇ ਆਪਣੇ ਟਵੀਟ ਜੁਨਾ ਕੀ ਕਿ ਪ੍ਰਣਮ ਮੁਖਰਜੀ ਦੀ ਮੌਤ ਦੀ ਖਬਰ ਸੁਣ ਕੇ ਉਹਨਾਂ ਦਾ ਦਿਲ ਬਹੁਤ ਦੁਖੀ ਹੋਇਆ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਣਮ ਮੁਖਰਜੀ ਨੇ ਇੱਕ ਸੰਤ ਵਾਂਗ ਭਾਰਤ ਮਾਤਾ ਦੀ ਸੇਵਾ ਕੀਤੀ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿਲੱਖਣ ਸਪੂਤ ਦੇ ਚਲੇ ਜਾਣ ਨਾਲ ਸਾਰਾ ਦੇਸ਼ ਸੋਗ ਵਿੱਚ ਹੈ ਪਰ ਦੇ ਉਪ ਰਾਸ਼ਟਰਪਤੀ ਐਮ ਵਿੰਕਈਆ ਨਾਇਡੂ ਨੇ ਆਪਣੇ ਸੋਗ ਸੁਨੇਹੇ ਚੁਕੇ ਹੈ ਕਿ ਪ੍ਰਣ ਮੁਖਰਜੀ ਦੀ ਮੌਤ ਤੋਂ ਬੇਹਦ ਦੁਖੀ ਨੇ ਉਹਨਾਂ ਨੇ ਕਿਹਾ ਕਿ ਪ੍ਰਣ ਮੁਖਰਜੀ ਦੀ ਮੌਤ ਨਾਲ ਦੇਸ਼ ਨੇ ਇੱਕ ਵੱਡਾ ਨੇਤਾ ਗੁਆਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਾਬਕਾ ਰਾਸ਼ਟਰਪਤੀ ਪ੍ਰਨਮ ਮੁਖਰਜੀ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤੇ ਆਪਣੇ ਟਵੀਟ ਚੁਣਾ ਕਿ ਭਾਰਤ ਰਤਨ ਪ੍ਰਨਮ ਮੁਖਰਜੀ ਨੇ ਦੇਸ਼ ਦੇ ਵਿਕਾਸ ਪੰਥ ਤੇ ਇੱਕ ਅਮਿੱਟ ਛਾਪ ਛੱਡੀ ਉਹਨਾਂ ਕਹੇ ਕਿ ਮੁਖਰਜੀ ਨੇ ਕਈ ਦਿਹਾਕੇ ਦੇ ਆਪਣੇ ਸਿਆਸੀ ਸਫ਼ਰ 'ਚ ਪ੍ਰਮੁੱਖ ਆਰਥਿਕ ਤੇ ਰਣਨੀਤਿਕ ਮੁੱਦਿਆਂ 'ਚ ਮਹੱਤਵਪੂਰਨ ਯੋਗਦਾਨ ਕੀਤਾ ਉਹ ਇੱਕ ਬਹੁਤ ਹੀ ਵਧੀਆ ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਇੱਕ ਬੇਬਾਕ ਤੇ ਹਸਮੁਖ ਨੇਤਾ ਸਨ ਮੋਦੀ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਦੇ ਰੂਪ 'ਚ ਮੁਖਰਜੀ ਨੇ ਰਾਸ਼ਟਰਪਤੀ ਪਵਨ ਨੂੰ ਆਮ ਲੋਕਾਂ ਨਾਲੀ ਖੋਲ ਦਿੱਤਾ ਸੀ ਗ੍ਰਹਿ ਮੰਤਰੀ ਅਮਿਤ ਜਾਨੇ ਕਿਹਾ ਕਿ ਮੁਖਰਜੀ ਨੇ ਪੂਰੇ ਸਮਰਪਿਤ ਪਾਵਨ ਨਾਲ ਮਾਤ ਭੂਮੀ ਦੀ ਸੇਵਾ ਕੀਤੀ ਤੇ ਉਹਨਾਂ ਦਾ ਸਿਆਸੀ ਸਫਰ ਪੂਰੀ ਤਰ੍ਹਾਂ ਨਾਲ ਦੇਸ਼ ਨੂੰ ਸਮਰਪਿਤ ਸੀ ਸੂਚਨਾ ਤੇ ਪ੍ਰਚਾਰਨ ਮੰਤਰੀ ਪ੍ਰਕਾਸ਼ ਜਪ ਦੇਕਰ ਨਵੀ ਮੁਖਰਜੀ ਦੇ ਦੇਹਾਂਤ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਵੀ ਮੁਖਰਜੀ ਦੇ ਦੇਹਾਂਤ ਨੂੰ ਦੇਸ਼ ਲਈ ਇੱਕ ਵੱਡੀ ਘਾਟ ਦੱਸਿਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਉੱਗੇ ਨੇਤਾ ਰਾਹੁਲ ਗਾਂਧੀ ਨੇ ਵੀ ਮੁਖਰਜੀ ਦੇ ਦੇਹਾਂਤ ਤੇ ਦੁੱਖ ਦਾ اظہار ਕਰਦਿਆਂ ਦੇਸ਼ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ। ਸਾਬਕਾ ਰਾਸ਼ਟਰਪਤੀ ਪ੍ਰਣ ਮੋਖਰਜੀ ਦੇ ਦੇਹਾਂਤ ਤੇ ਵਿਸ਼ਵ ਪਰਦੇ ਨੇਤਾ ਮਨੀ ਡੁੰਗੇ ਦੁੱਖ ਦਾ اظہار ਕੀਤਾ ਹੈ ਬੰਗਲਾਦੇਸ਼ ਦੇ ਰਾਸ਼ਟਰਪਤੀ ਅਬਦੁਲ ਹਮੀਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਮੋਖਰਜੀ ਨੂੰ ਇੱਕ ਸੱਚਾ ਮਿੱਤਰ ਅਤੇ ਨਾ ਭੁੱਲਣ ਵਾਲੀ ਸ਼ਖਸੀਅਤ ਦੱਸਿਆ ਇਹਨਾਂ ਦੋਹਾਂ ਨੇਤਾਵਾਂ ਨੇ ਕਿਹਾ ਕਿ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦਾ ਯੋਗਦਾਨ ਕਦੇ ਪੁੱਲਾਇਆ ਨਹੀਂ ਜਾ ਸਕਦਾ नेपाल दी राष्ट्रपति विद्यादेवी भंडारी प्रधानमंत्री केपी शर्मा ओलीये ते सत्तारूढ कम्युनिस्ट पार्टी दे चेयरमैन पुष्प कमल दहल प्रजंड ने भी कहे कि नेपाल ने एक सच्चा मित्र खो देता है श्रीलंका के प्रधानमंत्री महिंदा राजपक्षे इज़राइल के राष्ट्रपति रिगिन बेबलन ने भी मुखर्जी के दे देहांत देहात डूंगा दुख प्रगटाया रूस के राष्ट्रपति वलादिमीर पुतिन ने भी भारत के राष्ट्रपति रामनाथ कोविंद और प्रधानमंत्री नरेंद्र मोदी ने मुखर्जी के दे देहांत देहात सोख सुने भेजे ने इस तरह मालदीव के राष्ट्रपति मुहम्मद सुलेह अफगानिस्तान के नेता अब्दुल्ला अब्दुल्ला भारच अमरीकी राजदूत किंग जस्टर ने भी सबका राष्ट्रपति मुखर्जी के दे देहात दुख का इजहार किया ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਸੋਮਪrakash ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਹੋਏ ਕਥਿਤ ਕੋਟਾ ਲੀ ਦੀ ਕੇਂਦਰ ਵੱਲੋਂ ਜਾਂਚ ਕਰਾਏ ਜਾਣ ਬਾਰੇ ਕੀਤੇ ਦਾਅਵਿਆਂ ਤੇ ਸਖਤ ਪ੍ਰतिकਰਮ ਜ਼ਾਹਿਰ ਕਰਦੇ ਹਾਂ ਕਿ ਜੇਕਰ ਉਨ੍ਹਾਂ ਦਾ ਇਹ ਦਾਅਵਾ ਠੀਕ ਹੈ ਤਾਂ ਇਹ ਕੇਂਦਰ ਵੱਲੋਂ ਭਾਰਤੀ ਸੰਵਿਧਾਨ ਦੇ ਫੈਡਰਲ ਟਾਂਚੇ ਤੇ ਇੱਕ ਹੋਰ ਹਮਲੇ ਵਾਂਗੇ ਸੂਮ ਪ੍ਰਕਾਸ਼ ਨੇ ਦਾਅਵਾ ਕੀਤਾ ਸੀ ਕਿ ਕੇਂਦਰੀ ਸਮਾਜਿਕ ਨਿਆਂ ਮੰਤਰੀ ਥਾਬਰ ਚੰਦ ਗਹਿਲੋਤ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਉਹਨਾਂ ਦੀ ਸਰਕਾਰ ਤੇ ਦਬਾਅ ਪਾਉਣ ਦੇ ਬਰਾਬਰ ਹੈ ਤਾਂ ਜੋ ਭਾਜਪੀ ਅਤੇ ਐਸਪੀਬੀਪੀ ਪਾਰਟੀ ਅਕਾਲੀ ਦਲ ਨੂੰ ਫਾਇਦਾ ਪਹੁੰਚਾਇਆ ਜਾਵੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਜੇ ਦਬਾਅ ਹੇਠ ਨਹੀਂ ਆਵੇਗੀ ਉਹਨਾਂ ਨੇ ਕਿਹਾ ਕਿ ਇਸ ਸਕਾਲਰਸ਼ਿਪ ਦੇ ਜਿਸ ਕੁਟਾਲੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਉਹ 2015 ਤੋਂ 2017 ਦੇ ਸਮੇਂ ਦੌਰਾਨ ਹੋਇਆ ਅਤੇ ਉਸ ਵੇਲੇ ਸੁਭੇਜ ਅਕਾਲੀ ਪਾਜਬਾਦੀ ਸਰਕਾਰ ਸੀ ਮੁੱਖ ਮੰਤਰੀ ਨੇ ਕਿਹਾ ਕਿ ਆਡਿਟ ਦੌਰਾਨ ਸਕਾਲਰਸ਼ਿਪ ਦੇ ਪੈਸੇ ਦੀ ਦੁਰਵਰਤੋਂ ਦੇ ਤੱਥ ਸਾਹਮਣੇ ਆਉਣ ਤੇ ਇਸ ਮਾਮਲੇ ਦੀ ਜਾਂਚ ਮੁਖਸ ਗੱਤਰ ਨੂੰ ਸੌਂਪੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਬਦੀ ਉਸ ਦਲੀਲ ਨੂੰ ਰੱਦ ਕਰ ਦਿੱਤਾ ਜਿਸ 'ਚ ਬਾਜਬਾਨੇ ਕਿਹਾ ਸੀ ਕਿ ਪੋਸਟ میٹرਿਕ ਸਕਾਲਰਸ਼ਿਪ ਘੁਟਾਲੇ ਅਤੇ 15 ਬੜੀ ਪਹਿਲਾਂ ਹੋਏ ਲੁਕ ਦੇ ਘੁਟਾਲੇ ਦਾ ਕੋਈ ਮੁਕਾਬਲਾ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਕਿ ਭ੍ਰਸ਼ਟਾਚਾਰ ਭ੍ਰਸ਼ਟਾਚਾਰ ਇਹ ਪਾਵੇਂ ਇੱਕ ਕਿਸੇ ਵੀ ਰੂਪ 'ਚ ਕਿਉਂ ਨਾ ਕੀਤਾ ਗਿਆ ਹੋਵੇ ਇਸ ਘੁਟਾਲੇ 'ਚ ਬਾਜਬਾ ਦਾ ਨਾਮ ਹੀ ਕਥਤੌਰ ਤੇ ਸਾਹਮਣੇ ਆਇਆ ਸੀ ਬਾਜਬਾਨੇ ਦਾਅਵਾ ਕੀਤਾ ਸੀ ਕਿ ਬਹੁ ਕਰੋੜੀ ਪੋਸਟ میٹرਿਕ ਸਕਾਲਰਸ਼ਿਪ ਅਤੇ ਲੁਕ ਦੇ ਸਕੈਂਡਲ ਵਿੱਚ ਕੋਈ ਮੁਕਾਬਲਾ ਨਹੀਂ ਹੈ ਬਾਜਵਾ ਉੱਪਰ ਕਥ ਤੌਰ ਤੇ ਲੁਕਟਾਲੇ ਦੇ ਦੋਸ਼ 15 ਬਰੇ ਪਹਿਲਾਂ ਉਸ ਵੇਲੇ ਲੱਗੇ ਸਨ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵਿੱਚ ਲੋਕ ਨਿਰਮਾਣ ਮੰਤਰੀ ਸਨ ਮੁੱਖ ਮੰਤਰੀ ਨੇ ਕਹਿ ਕਿ ਜੇਕਰ ਬਿਨਾਂ ਨਿਰਪੱਖ ਜਾਂਚ ਦੇ ਉਹ 2002 ਤੋਂ 2007 ਵਿਚਲੇ ਹੋਏ ਕਥਿਤ ਤੌਰ ਤੇ ਲੁਕ ਦੇ ਘੁਟਾਲੇ ਨੂੰ ਲੈ ਕੇ ਉਹਨਾਂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੰਦੇ ਤਾਂ ਇਹ ਠੀਕ ਨਹੀਂ ਹੁੰਦਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਕਥਿਤ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਮੁਖស្ਕਰਤਰ ਤੋਂ ਕਰਵਾਈ ਜਾਵੇ ਕਿਉਂ ਜੋ ਸਮਾਜ ਪਲਾਇ ਮੰਤਰੀ ਅਤੇ ਮਹਿਕਮੇ ਦੇ ਵਧੀਕ ਮੁਖਸ ਤਰ ਵਿਚਾਲੇ ਇਸ ਗਠਿਤ ਕੁਟਾਲੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਦੇਖਦਿਆਂ ਉਨ੍ਹਾਂ ਇਹ ਜਾਂਚ ਮੁਖਸਕਰਤਰ ਨੂੰ ਸੌਂਪੀ ਹੈ ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰ ਸ਼ਮਸ਼ੀਰ ਸਿੰਘ ਦੂਲੋ ਦੀ ਉਸ ਮੰਗ ਦੀ ਵੀ ਆਲੋਚਨਾ ਕੀਤੀ ਜਿਸ ਤੋਂ ਉਨ੍ਹਾਂ ਨੇ ਇਸ ਗਠਿਤ ਕੁਟਾਲੇ ਦੀ ਮੁਖਸਕਰਤਰ ਵੱਲੋਂ ਜਾਂਚ ਤੋਂ ਬਿਨਾਂ ਹੀ सीबीआई ਤੋਂ ਜਾਂਚ ਕਰਾਉਣ ਦੀ ਮੰਗ ਦਾ ਸਮਰਥਨ ਕੀਤਾ ਜ਼ਿਕਰਯੋਗ ਹੈ ਕਿ ਸਮਾਜ ਪਲੇ ਮੈਕ ਮੇ ਦੇਵਦੀਕ ਮੁਖਸਕਰਤਰ ਕਿਰਪਾ ਸ਼ੰਕਰ ਸਰੋਜ ਨੇ ਸਕਾਲਰਸ਼ਿਪ ਸਕੀਮ ਵਿੱਚ 55.71 ਕਰੋੜ ਰੁਪਏ ਦੇ ਗਠਿਤ ਕੁਟਾਲੇ ਬਾਰੇ ਰਿਪੋਰਟ ਕੀਤੀ ਸੀ कोरोना वायरस ਇਸ ਦੌਰ ਵਿੱਚ ਜਦੋਂ ਡਾਕਟਰੀ ਅਮਲਾ ਤੇ ਸਿਹਤ ਵਿਭਾਗ ਦਾ ਹੋਰ ਸਟਾਫ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ করোনা ਮਰੀਜ਼ਾਂ ਦੇ ਇਲਾਜ ਵਿੱਚ ਜੀ ਚੱਲਣ ਲੱਗੇ ਹੋਏ ਨੇ ਉਥੇ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖਬਰਾਂ ਦਾ ਪੁਰਜ਼ੋਰ ਖੰਡਨ ਕੀਤਾ ਜਾ ਰਿਹਾ ਹੈ ਪਿੱਛੇ ਜੇ ਸੋਸ਼ਲ ਮੀਡੀਆ ਤੇ করোনা ਲਈ ਸੈਂਪਲਿੰਗ ਟੈਸਟਿੰਗ ਤੋਂ ਇਲਾਵਾ ਆਈਸੋਲੇਸ਼ਨ ਸੈਂਟਰਾਂ ਚੋਂ ਦਾਖਲ ਕੋਵਿਡ ਮਰੀਜ਼ਾਂ ਦੇ ਅੰਗਾਂ ਨੂੰ ਚੋਰੀ ਕੀਤੇ ਜਾਣ ਬਾਰੇ ਖਬਰਾਂ ਵਾਇਰਲ ਹੋਈਆਂ ਜਿਸ ਨਾਲ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਸਿਹਤ ਵਿਭਾਗ ਵੱਲੋਂ ਇਹਨਾਂ ਖਬਰਾਂ ਦਾ ਜ਼ੋਰਦਾਰ ਖੰਡਨ ਕਰਦੇ ਆ ਲੋਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ ਮੋਹਾਲੀ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਨੇ ਸਿਹਤ ਵਿਭਾਗ ਦੇ ਅਕਸ ਨੂੰ ਖਰਾਬ ਕਰਨ ਵਾਲੇ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਉਨਾ ਕਹੇ ਕਿ ਡਾਕਟਰਾਂ ਤੇ ਸਿਹਤ ਕਰਮੀਆਂ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਲੋਕੀ ਇਹਨਾਂ ਅਫਵਾਹਾਂ ਤੇ ਯਕੀਨ ਨਾ ਕਰਨ ਕਿਉਂਕਿ ਮਨੁੱਖੀ ਅੰਗ ਬਦਲਣਾ ਇੱਕ ਪੇਚੀਦਾ ਪ੍ਰਕਿਰਿਆ ਹੈ ਜਿਸ ਵਾਸਤੇ ਬਕਾਇਦਾ ਦਸ਼ਾ ਨਿਰਦੇਸ਼ ਅਤੇ ਨਿਯਮ ਬਣੇ ਹੋਏ ਨੇ ਸੈਂਪਲਿੰਗ ਬਾਰੇ ਵਾਇਰਲ ਹੋਈਆਂ ਖਬਰਾਂ ਤੇ ਬੋਲਦੇ ਹਨ ਕਿ ਕੋਵਿਡ ਲਈ ਬੇਤਰਤੀਬ ਸੈਂਪਲਿੰਗ ਅਤੇ ਟੈਸਟ ਦਾ ਮਕਸਦ ਇਸ ਬਿਮਾਰੀ ਦਾ ਛੇਤੀ ਪਤਾ ਲਗਾਉਣੇ ਤਾਂ ਜੋ ਸਮਰ ਰਹੇ ਦੀ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਇਸ ਮਹਾਮਾਰੀ ਨੂੰ ਅੱਗੋਂ ਫੈਲਣ ਤੋਂ ਰੋਕਿਆ ਜਾ ਸਕੇ ਅੱਜ ਕਰੋਨਾ ਬਿਮਾਰੀ ਬਾਰੇ ਸੋਸ਼ਲ ਮੀਡੀਆ ਵਿੱਚ ਫਲਾਈਆਂ ਜਾ ਰਹੀਆਂ ਝੂਠੀਆਂ ਤੇ ਬੇਬੁਨਿਆਦ ਅਫਵਾਹਾਂ ਅਤੇ ਭਲੇਖਿਆਂ ਬਾਰੇ ਆਪ ਸਭ ਨਾਲ ਵਿਚਾਰ ਕਰਨਾ ਚਾਹੁੰਦਾ ਹਾਂ ਇਸ ਬਿਮਾਰੀ ਬਾਰੇ ਕੁਝ ਸਮਾਜ ਵਿਰੋਧੀ ਅਤੇ ਸ਼ਰਾਰਤੀ ਅੰਸਰਾਂ ਨੇ ਆਡੀਓ ਵੀਡੀਓ ਤੇ ਹੋਰ ਪੋਸਟਰਾਂਹੀਂ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੀ ਇੱਕ ਜਿਹੜੀ ਆਡੀਓ ਹੈ ਸਾਡੇ ਮਹਾਲੀ ਦੇ ਸਿਵਲ ਹਸਪਤਾਲ ਦੀ ਵੀ ਉਹਨਾਂ ਨੇ ਪੋਸਟ ਕੀਤੀ ਹੈ ਇਹਨਾਂ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਸਮਾਜ ਲਈ ਬਹੁਤ ਨੁਕਸਾਨਦਾਇਕ ਹੀ ਨਹੀਂ ਸਗੋਂ ਸਾਡੇ ਲਈ ਜਾਨ ਲੈਵਾ ਵੀ ਬਣ ਸਕਦੀਆਂ ਨੇ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਅਸੀਂ ਸੈਂਪਲਿੰਗ ਕਰਦੇ ਹਾਂ ਸੈਂਪਲਿੰਗ ਦਾ ਮਤਲਬ ਹੀ ਇਹ ਹੈ ਕਿ ਅਸੀਂ ਇਸ ਲਈ ਸੈਂਪਲਿੰਗ ਕਰਦੇ ਹਾਂ ਤਾਂ ਕਿ अर्ਲੀ ਸਟੇਜ ਤੇ ਜਿਹੜੀ ਹੈ ਕਰੋਨਾ ਦੀ ਬਿਮਾਰੀ ਨੂੰ ਪਕੜਿਆ ਜਾ ਸਕੇ ਤੇ ਇਹਦੇ ਤੇ ਹੋਣ ਵਾਲੇ ਨੁਕਸਾਨਾਂ ਨੂੰ ਜਿਹੜੀ ਸਰੀਰ ਤੇ ਹੁੰਦੇ ਆ ਉਹਨੂੰ ਬਚਾਇਆ ਜਾ ਸਕੇ ਘਟਾਇਆ ਜਾ ਸਕੇ ਤੇ ਭਾਵੇਂ ਇਹਦੀ ਕਿਹਾ ਜਾਂਦਾ ਕਿ ਇਹਦੀ ਵੈਕਸੀਨ ਜਾਂ ਕੋਈ ਹੋਰ ਦਵਾਈ ਨਹੀਂ ਬਣੀ ਪਰ ਜਦੋਂ ਇਹ अर्ਲੀ ਤੇ ਡਾਇਗਨੋਸਿਸ ਹੋ ਜਾਂਦਾ ਹੈ ਤਾ ਬਾਡੀ ਤੇ ਜਿਹੜੇ ਇਹਦੇ ਇਫੈਕਟ ਆਉਂਦੇ ਆ ਸਾਡੇ ਕਈ ਇਮਿਊਨੋਸਪਰੈਸੈਂਟ ਡਰੱਗਸ ਨਾਲ ਪਲਾਜ਼ਮਾ ਥੈਰੇਪੀ ਨਾਲ ਐਂਟੀ viral ਡਰੱਗਸ ਨਾਲ ਉਹਨਾਂ ਦੇ ਇਫੈਕਟਸ ਨੂੰ ਅਸੀਂ ਰਿਡਿਊਸ ਕਰ ਲੈਨੇ ਆ ਕਰੋਨਾ ਵਾਇਰਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਗਰੀਬਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਲਿਆਂਦੀ ਗਈ ਜਿਸ ਦਾ ਗਰੀਬ ਪਰਿਵਾਰਾਂ ਨੂੰ ਬਹੁਤ ਲਾਭ ਹੋਇਆ ਹੈ ਕਮਕਰਠਾ ਫੂਨ ਕਾਰਨ ਪਰੇਸ਼ਾਨ ਲੋਕਾਂ ਨੂੰ ਵਕ ਵਕ ਸਕੀਮਾ ਤਹਿਤ ਮੁਹैया करवाई ਗਈ ਰਕਮ ਨਾਲ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋਈ ਤੇ ਇਸ ਦੇ ਬਾਕੀ ਹਿੱਸੇ ਅਮੰਗ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਜਨ ਤਨਖਾਤੇਆਂ 'ਚ ਹਰ ਮਹੀਨੇ 500 500 ਦੀ ਰਕਮ ਪਾਈ ਗਈ ਜ਼ਿਲ੍ਹੇ ਦੇ ਲੀਡ ਬੈਂਕ ਮੈਨੇਜਰ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 94121 ਜਨ ਤਨਖਾਤੇਆਂ 'ਚ ਪ੍ਰਤੀ ਖਾਤਾ 500 ਰੁਪਏ ਦੀ ਰਕਮ ਆ ਚੁੱਕੀ ਹੈ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਸ਼ੁਰੂਆਤੀ ਸਮੇਂ ਤੋਂ ਲੈ ਕੇ 30 ਜੂਨ 2022 ਤੱਕ 4 ਕਰੋੜ 83 ਲੱਖ 77194 ਰੁਪਏ ਲੋਕਾਂ ਦੇ ਖਾਤਿਆਂ ਵਿੱਚ ਪਾਈ ਜਾ ਚੁੱਕੇ ਨੇ ਪ੍ਰਸਾਰ پارٹی ਦੇ ਫਤੇਗੜ ਸੈب ਸਤ ਨੁਮਾਇंदे ਨੇ ਜ਼ਿਲ੍ਹੇ ਦੇ ਪਿੰਡਾਂ ਜੱਲਾ ਸੌਂਡਾ ਤੇ ਖੇੜੀ ਆਦਿ ਵਿੱਚ ਜਨਤਨ ਲਾਪਾਤਰੀਆਂ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਜਸਬੀਰ ਕੌਰ ਦਰਸ਼ਨ ਕੌਰ ਸ਼ਰੀਫਾ ਪਾਲੋ ਕਰਨੈਲ ਕੌਰ ਅਤੇ ਰਾਜ ਰਾਨੀ ਨੇ ਲੌਕਡਾਊਨ ਦੌਰਾਨ ਜਨਤਨ ਖਾਤਿਆਂ ਰਹੀ 500-500 ਰੁਪਏ ਦੇ ਕੇ ਉਹਨਾਂ ਦੀ ਮਦਦ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਨੀ ਹਾਂ ਜੋ ਇਹਨਾਂ ਵੱਲੋਂ 550 ਰੁਪਏ ਸਾਡੇ ਖਾਤਿਆਂ ਵਿੱਚ ਪਾਇਆ ਗਿਆ ਹੈ ਜੀ ਅਸੀਂ ਲੋੜ ਅਨੁਸਾਰ ਕਢਾ ਕੇ ਆਪਣੀ ਜ਼ਰੂਰਤ ਅਨੁਸਾਰ ਵਰਤ ਰਹੇ ਹਾਂ ਜਿੱਥੇ ਕਿ ਕੋਰੋਨਾ ਦੇ ਚੱਲਦੇ ਹੋਏ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਰੇ ਕੰਮਕਾਰ ਠੱਪ ਪਏ ਹਨ ਉੱਥੇ ਇਹਨਾਂ ਦੇ ਦਿੱਤੀ ਗਈ ਮਦਦ ਵੱਲੋਂ ਸਾਡਾ ਬਹੁਤ ਸਹਾਈਤਾ ਹੋਈ ਹੈ ਜੀ ਇਸ ਲਈ ਮੈਂ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਨੀ ਹਾਂ ਜੀ 550 ਰੁਪਏ ਮਿਲੇ ਹੀ ਬਹੁਤ ਸ਼ੁਕਰ ਹੈ ਇਹ ਬਹੁਤ ਧੰਨਵਾਦ ਹੈ ਜੀ कोरोना ਦੇ ਵਿੱਚ ਸੰਸਹਾਰਾ ਲੱਗਾ ਜੀ ਬਹੁਤ ਬਹੁਤ ਵਧੀਆ ਜੀ ਰੰਗ ਲੱਗੇ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਮੋਦੀ ਸਰਕਾਰ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਨਸ਼ਿਆਮ ਥੋਰੀ ਨੇ ਜਲੰਧਰ ਵਿਖੇ ਸ੍ਰੀ ਸਿੱਧ ਬਾਬਾ ਸੋਡਲ ਜੀ ਦੇ ਜਲਨ ਮੇਲੇ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਛੁੱਟੀ ਦਾ ਐਲਾਨ ਕੀਤਾ ਹੈ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਜਾਰੀ ਹੁਕਮ ਚ ਕਿਹਾ ਗਿਆ ਕਿ ਲੋਕਾਂ ਦੀ ਸ਼ਰਧਾ ਨੂੰ ਮੁੱਖ ਰੱਖਦਿਆਂ ਐਲਾਨੀ ਗਈ ਛੁੱਟੀ ਦੌਰਾਨ ਜਲੰਧਰ ਜ਼ਿਲ੍ਹੇ ਵਿੱਚ ਸਹਿਤ ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ, ਬੋਰਡਾਂ, ਵਿਦਿਅਕ ਅਦਾਰਿਆਂ ਤੇ ਹੋਰ ਸਰਕਾਰੀ ਸੰਸਥਾਵਾਂ 'ਚ ਛੁੱਟੀ ਰਹੇਗੀ ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਇਸ ਵਰਸਿੱਧ ਬਾਬਾ ਸੋਡਲ ਮੇਲਾ ਨਹੀਂ ਕਰਵਾਇਆ ਜਾਪੇਗਾ ਤੇ ਸ਼ਰਧਾਲੂ ਕ੍ਰਮ ਵਿੱਚ ਸਿੱਧੇ श्री सिद्ध बाबा सुडल मंदिर दी प्रबंधन कमेटी ਵੱਲੋਂ ਸਿੱਧੇ ਪ੍ਰਸਾਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਤੇ ਵੀ ਯਕੀਨੀ ਬਣਾਇਆ ਜਾ ਰਿਹਾ ਕਿ ਮੰਦਰ ਜਾਂ ਇਸ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਹੋਵੇ ਪਾਕਿਸਤਾਨੀ ਫੌਜ ਨੇ ਗੋਲੀਬੰਦੀ ਦੀ ਉਲੰਘਣਾ ਕਰਦੇ ਆ ਪੀਤੀ ਰਾਤ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਰੋਜੌਰੀ ਚ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ਚ ਪਾਰੀ ਗੋਲੀਬਾਰੀ ਕੀਤੀ ਤੇ ਮੋਰਟਾਰ ਦੇ ਗੋਲੇ ਦਾਗੇ ਇੱਕ ਸਰਕਾਰੀ ਅਧਿਕਾਰੀ ਨੇ ਜੰਮੂ ਚ ਦੱਸਿਆ ਕਿ ਪਾਰਤੀ ਫੌਜ ਨੇ ਵੀ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹ ਤੋੜਵਾ ਜਵਾਬ ਦਿੱਤਾ ਇੱਕ ਰਖਿਆ ਬੁਲਾਰੀ ਨੇ ਕਿਹਾ ਕਿ ਕੱਲ ਰਾਤ ਤਕਰੀਬਨ 7:09 ਵਜੇ ਪਾਕਿਸਤਾਨੀ ਫੌਜ ਨੇ ਰੋਜੌਰੀ ਜ਼ਿਲ੍ਹੇ ਦੇ ਨੁਚਾਰਾ ਸੈਕਟਰ ਵਿੱਚ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ਚ ਛੋਟੇ ਹਥਿਆਰਿਆਂ ਨਾਲ ਗੋਲੀਬਾਰੀ ਕੀਤੀ ਤੇ ਮੋਰਟਾਰ ਦੇ ਗੋਲੇ ਦਾਗੇ ਬੁਲਾਰੀ ਨੇ ਕਿਹਾ ਕਿ ਪ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਗੋਲੀਬਾਰੀ ਕੀਤੀ ਭਾਰਤ-ਚੀਨ ਸਰਹੱਦ ਤੇ ਚੀਨੀ ਫੌਜ ਦੀ ਫੌਜ ਵੱਲੋਂ ਐਲਏਸੀ ਸਬੰਧੀ ਪਹਿਲੂ ਬਣੀ ਆਮ ਸਹਿਮਤੀ ਦੀ ਉਲੰਘਣਾ ਮਗਰੋਂ ਦੋਹੇ ਦੇਸ਼ ਦੀਆਂ ਫੌਜਾਂ ਦੀ ਬ੍ਰਿਗੇਡ ਕਮਾਂਡਰ ਪੱਧਰੀ ਫਲੈਗ ਮੀਟਿੰਗ ਜੋ ਸ਼ੂਲਚ ਹੋਈ ਭਾਰਤੀ ਫੌਜ ਨੇ ਚੀਨ ਦੀ ਪੀਪਲਜ਼ ਲਿਬ੍ਰੇਸ਼ਨ ਆਰਮੀ ਵੱਲੋਂ ੜਕਾਉ ਫੌਜੀ ਗਤੀਵਿਧੀਆਂ ਦਾ ਇਲਜ਼ਾਮ ਲਗਾਇਆ ਭਾਰਤੀ ਫੌਜ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਚੱਲ ਰਹੇ ਐਲਏਸੀ ਵਿਵਾਦ ਦੇ ਹੱਲ ਲਈ ਫੌਜੀ ਅਤੇ ਕੂਟਨੀਤਿਕ ਪੱਧਰ ਤੇ ਸਮਝੌਤਾ ਹੋਇਆ ਸੀ ਜਿਸ ਦੀ ਚੀਨ ਵੱਲੋਂ ਫਿਰ ਉਲੰਘਣਾ ਕੀਤੀ ਜਾ ਰਹੀ ਹੈ ਚੀਨੀ ਫੌਜ ਨੇ 29 ਅਤੇ 30 ਅਗਸਤ ਦਰਮਿਆਨੀ ਰਾਤ ਨੂੰ ਦیتے ਉਸ ਤੇਤੀ ਬਰਕਰਾਰ ਰੱਖਣ ਬਾਰੇ ਹੋਈ ਸਹਿਮਤੀ ਦੀ ਉਲੰਘਣਾ ਕੀਤੀ ਪ੍ਰਪਰਤੀ ਫੌਜ ਨੇ ચીਨ ਦੀ ਇਸ ਹਰਕਤ ਨੂੰ ਪੋਂਗਗੋਂਗ ਸੌ ਚੀਲ ਦੇ ਦੱਖਣ ਵਾਲੇ ਪਾਸੇ ਪਹਿਲੋਂ ਹੀ ਰੋਕ ਦਿੱਤਾ ਪਰਤੀ ਫੌਜ ਵੱਲੋਂ ਜ਼ਮੀਨੀ ਪੱਦਰਤੀ ਅਸਲੀਅਤ ਨੂੰ ਬਦਲਣ ਦੇ ਇੱਕਤਰਫਾਈ ਰਾਦੇ ਨੂੰ ਰੋਕਣ ਲਈ ਕਈ ਉਪਾਅ ਕੀਤੇ ਗਏ ਪਰਤੀ ਫੌਜ ਨੇ ਕਿਹਾ ਕਿ ਉਹ ਗਲਬਤ ਰਾਹੀਂ ਸਰਹੱਦ ਤੇ ਅਮਨ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ ਪਰ ਇਸ ਦੇ ਨਾਲ ਪਾਰਤੀ ਖੇਤਰ ਦੀ ਅਖੰਡਤਾ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਤੇ ਇਸ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੈ ਨਮਸਕਾਰ